biggest South Asian media group, Y Media. Y Media group ਨੂੰ ਇੱਕ ਖਾਸ ਰਿਪੋਰਟ ਅਸੀਂ ਤੁਹਾਡੇ ਲਈ ਪੇਸ਼ ਕਰ ਰਹੇ ਹਾਂ। ਸਵਾਤੀ ਮਾਲੇਵਾਲ ਜੀ ਦਾ ਜਿਹੜਾ ਇੰਸੀਡੈਂਟ ਹੈਗਾ ਉਹਦੇ ਉੱਤੇ ਕਾਫੀ ਚਰਚਾ ਕੀਤੀ ਜਾ ਰਹੀ ਹੈ। ਲੇਟੈਸਟ ਕੀ ਰਿਪੋਰਟ ਹੈਗੀ ਆ, ਬੈਕਗਰਾਉਂਡ ਕੀ ਹੈ, ਸਾਰੀ ਜਾਣਕਾਰੀ ਜਿਹੜੀ ਹੈ ਅਸੀਂ ਸਵਾਤੀ ਮਾਲੇਵਾਲ ਜੀ ਦੀ ਤੁਹਾਡੇ ਲਈ ਅਸੀਂ ਸ਼ੇਅਰ ਕਰ ਰਹੇ ਹਾਂ। ਸਭ ਤੋਂ ਪਹਿਲਾਂ ਤਾਂ ਇਹ ਜਾਣਨਾ ਬੜਾ ਜ਼ਰੂਰੀ ਹੈਗਾ ਕਿ ਆਖਿਰਕਾਰ ਸਵਾਤੀ ਮਾਲੇਵਾਲ ਜੀ ਕੌਣ ਨੇ। ਅਸੀਂ ਦੱਸਣਾ ਚਾਹੁੰਦੇ ਹਾਂ ਕਿ ਸਵਾਤੀ ਮਾਲੇਵਾਲ ਜੀ ਜਿਹੜੇ ਹੈਗੇ ਨੇ ਉਹ ਇੱਕ ਸੋਸ਼ਲ ਐਕਟਿਵਿਸਟ ਨੇ ਔਰ ਪੋਲੀਟੀਸ਼ੀਅਨ ਨੇ। ਇਹਨਾਂ ਦਾ ਜਨਮ 15 ਅਕਤੂਬਰ ਸੰਨ 1984 ਦੇ ਵਿੱਚ ਹੋਇਆ ਸੀਗਾ। ਸਵਾਤੀ ਮਾਲੇਵਾਲ ਜੀ ਜੋ ਕਿ ਗਾਜ਼ੀਆਬਾਦ ਉੱਤਰ ਪ੍ਰਦੇਸ਼ ਤੋਂ ਹੈਗੇ ਨੇ, ਉਹਨਾਂ ਦੇ ਫਾਦਰ ਆਰਮ ਫੋਰਸਿਸ ਦੇ ਵਿੱਚ ਸੀਗੇ ਔਰ ਉਹਨਾਂ ਨੇ ਆਪਣੇ ਫਾਦਰ ਦੇ ਉੱਤੇ ਸੰਗੀਨ ਐਲੀਗੇਸ਼ਨਸ ਵੀ ਲਗਾਏ ਨੇ। ਇਸ ਤੋਂ ਇਲਾਵਾ ਅਸੀਂ ਦੱਸ ਦਈਏ ਕਿ ਸਵਾਤੀ ਮਾਲੇਵਾਲ ਜੀ ਜਿਹੜੇ ਨੇ ਉਹਨਾਂ ਕੋਲ ਆਈਟੀ ਦੀ ਡਿਗਰੀ ਹੈਗੀ ਹੈ, ਇਸ ਤੋਂ ਇਲਾਵਾ ਕਾਫੀ ਵਧੀਆ ਟੈਕਨੀਕਲ ਐਜੂਕੇਸ਼ਨ ਵੀ ਉਹਨਾਂ ਨੇ ਲਈ ਹੈ। ਪਰਸਨਲ ਲਾਈਫ ਦੇ ਵਿੱਚ ਅਸੀਂ ਦੱਸ ਦਈਏ ਕਿ 2012 ਦੇ ਵਿੱਚ ਉਹਨਾਂ ਦਾ ਨਵੀਨ ਜੈਹਨ ਦੇ ਨਾਲ ਮੈਰਿਜ ਹੋਈ ਸੀਗੀ ਔਰ ਉਸ ਤੋਂ ਬਾਅਦ 2020 ਦੇ ਵਿੱਚ ਨਵੀਨ ਜੈਹਨ ਜਿਹੜੇ ਨੇ ਇਹਨਾਂ ਤੋਂ ਇਹ ਕਪਲ ਜਿਹੜਾ ਇਹਨਾਂ ਦਾ ਆਪਸ ਵਿੱਚ ਡਿਵੋਰਸ ਵੀ ਹੋ ਗਿਆ ਸੀਗਾ। ਸਵਾਤੀ ਮਾਲੇਵਾਲ ਜੀ ਨੇ ਇੰਡੀਆ ਅਗੇਂਸਟ ਕਰਪਸ਼ਨ ਜੋ ਅੰਨਾ ਹਜ਼ਾਰੇ ਜੀ ਦੀ ਜਿਹੜੀ ਮੂਵਮੈਂਟ ਹੈਗੀ ਹੈ ਉਹਦੇ ਵਿੱਚ ਬੜੀ ਐਕਟਿਵਲੀ ਉਹਨਾਂ ਨੇ ਪਾਰਟੀਸਪੇਟ ਕੀਤਾ ਸੀਗਾ ਔਰ 2011 ਦੇ ਵਿੱਚ ਜਦੋਂ ਐਕਟਿਵਲੀ ਇਹਨਾਂ ਨੇ ਪਾਰਟੀਸਪੇਟ ਕੀਤਾ ਅਤੇ ਉਸ ਦਰਮਿਆਨ ਉਸ ਤੋਂ ਇਲਾਵਾ ਇਹਨਾਂ ਨੇ ਪਰਿਵਰਤਨ ਅਰਵਿੰਦ ਕੇਜਰੀਵਾਲ ਸਾਹਿਬ ਦੀ ਔਰਗਨਾਈਜੇਸ਼ਨ ਹੈਗੀ ਆ, ਸੋ ਅਰਵਿੰਦ ਕੇਜਰੀਵਾਲ ਜੀ ਦੇ ਨਾਲ ਕਾਫੀ ਇਹਨਾਂ ਨੇ ਕਲੋਜ਼ਲੀ ਕੰਮ ਕੀਤਾ ਹੈ। ਕਈ ਇੰਪੋਰਟੈਂਟ ਇਸ਼ੂਜ਼ ਦੇ ਉੱਤੇ ਇਹਨਾਂ ਨੇ ਸਵਾਤੀ ਮਾਲੇਵਾਲ ਜੀ ਨੇ ਕੰਮ ਕੀਤਾ ਹੈਗਾ। ਇਸ ਤੋਂ ਬਾਅਦ ਅਸੀਂ ਦੱਸ ਦਈਏ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਦੇ ਵਿੱਚ ਬਣ ਗਈ ਅਤੇ ਸਵਾਤੀ ਮਾਲੇਵਾਲ ਜੀ ਸ਼ੀ ਵਾਜ਼ ਅਪੁਆਇੰਟਡ ਐਜ਼ ਦਾ ਚੇਅਰਪਰਸਨ ਆਫ ਡਬਲਿਊ ਦੀ ਚੇਅਰਪਰਸਨ ਇਹਨਾਂ ਨੂੰ ਅਪੁਆਇੰਟ ਕੀਤਾ ਗਿਆ ਸੀਗਾ ਔਰ ਜਦੋਂ ਇਹਨਾਂ ਨੂੰ ਅਪੁਆਇੰਟ ਕੀਤਾ ਗਿਆ ਸੀ ਸ਼ੀ ਇਜ਼ ਵਨ ਆਫ ਦਾ ਯੰਗੈਸਟ ਟੂ ਲੀਡ ਦਾ ਵੂਮੈਨਸ ਕਮਿਸ਼ਨ। ਇਸ ਤੋਂ ਇਲਾਵਾ ਅਸੀਂ ਜ਼ਿਕਰ ਕਰਨਾ ਚਾਹੁੰਦੇ ਹੈਗੇ ਕਿ ਕਈ ਇੰਪੋਰਟੈਂਟ ਮੁੱਦਿਆਂ ਦੇ ਉੱਤੇ ਕਮਿਊਨਿਟੀ ਕਾਜ਼ਸ ਲਈ ਸਵਾਤੀ ਮਾਲੇਵਾਲ ਜੀ ਜਿਹੜੇ ਨੇ ਉਹ ਕੰਮ ਕਰਦੇ ਰਹੇ ਨੇ। ਅਸੀਂ ਦੱਸ ਦਈਏ ਕਿ 2018 ਦੇ ਵਿੱਚ 10 ਦਿਨ ਦੀ ਹੰਗਰ ਸਟ੍ਰਾਈਕ ਦੇ ਉੱਤੇ ਗਏ ਸੀ ਜਦ ਇਹਨਾਂ ਨੇ ਡੈਥ ਪੈਨਲਟੀ ਬਾਰੇ ਔਰ ਹੋਰ ਕਈ ਇੰਪੋਰਟੈਂਟ ਇਸ਼ੂਜ਼ ਦੇ ਬਾਰੇ ਕਈ ਇਹਨਾਂ ਨੇ ਇੰਪੋਰਟੈਂਟ ਕੰਮ ਵੀ ਕੀਤੇ ਨੇ। ਹੁਣ ਗੱਲ ਕਰਦੇ ਹੈਗੇ ਹਾਂ ਕਿ ਸਵਾਤੀ ਮਾਲੇਵਾਲ ਜੀ ਜਿਹੜੇ ਸਿਆਸਤ ਦੇ ਵਿੱਚ ਅਤੇ ਜਾਂ ਹੋਰ ਐਕਟਿਵ ਕਦੋਂ ਹੋਏ, ਜਦੋਂ ਕਿ ਐਮ ਪੀ ਬਣੇ ਰਾਜ ਸਭਾ ਦੇ ਜਨਵਰੀ 2024 ਦੇ ਵਿੱਚ ਦਿੱਲੀ ਨੂੰ ਰੀਪ੍ਰਜੈਂਟ ਕਰਦਿਆਂ ਹੋਇਆ, ਸੋ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਬਣ ਗਏ। ਹੁਣ ਅਹਿਮ ਸਵਾਲ ਇਹ ਹੈਗਾ ਕਿ ਆਖਿਰਕਾਰ ਇਹ ਸਾਰਾ ਜਦੋਂ ਸਿਲਸਿਲਾ ਚੱਲ ਹੀ ਰਿਹਾ ਸੀ ਤਾਂ ਫਿਰ ਹੁਣ ਹੋਇਆ ਕੀ? ਹੁਣ ਇਹ ਹੋਇਆ, ਤਾਜ਼ਾ ਘਟਨਾ ਉਸ ਸਮੇਂ ਹੋਈ ਜਦੋਂ ਕਿ ਸਵਾਤੀ ਮਾਲੇਵਾਲ ਜੀ ਜਿਹੜੇ ਹੈਗੇ ਨੇ ਉਹ ਪਹੁੰਚੇ ਆਪਣੇ ਲੀਡਰ ਨੇ, ਉਹਨਾਂ ਦੇ ਆਪਣੇ ਲੀਡਰ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਅਰਵਿੰਦ ਕੇਜਰੀਵਾਲ ਸਾਹਿਬ ਔਰ ਉਹਨਾਂ ਦੇ ਘਰ ਪਹੁੰਚੇ। ਉਹਨਾਂ ਦੇ ਘਰ ਉਹ ਦੱਸਿਆ ਜਾ ਰਿਹਾ ਹੈਗਾ ਕਿ ਡਰਾਇੰਗ ਰੂਮ ਦੇ ਵਿੱਚ ਉਹ ਵੇਟ ਕਰ ਰਹੇ ਸੀਗੇ, ਜੋ ਖੁਦ ਸੰਜੇ ਸਿੰਘ ਜੀ ਨੇ ਵੀ ਬਾਅਦ 'ਚ ਦੱਸਿਆ। ਸੋ ਵੇਟ ਕਰ ਰਹੇ ਸੀਗੇ ਉਸ ਸਮੇਂ ਵਿਭਵ ਕੁਮਾਰ ਜਿਹੜੇ ਹੈਗੇ ਨੇ ਉਹ ਉੱਥੇ ਆਏ ਔਰ ਉਹਨਾਂ ਨੇ ਮਿਸਬਿਹੇਵ ਕੀਤਾ, ਅਭੱਦਰ ਵਿਵਹਾਰ ਸੰਜੇ ਸਿੰਘ ਮੈਂਬਰ ਪਾਰਲੀਮੈਂਟ ਰਾਜ ਸਭਾ ਦੇ ਆਮ ਆਦਮੀ ਪਾਰਟੀ ਦੇ, ਉਹਨਾਂ ਨੇ ਖੁਦ ਆਪਣੀ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ। ਹੁਣ ਜਿੱਦਾਂ ਅਸੀਂ ਸਵਾਤੀ ਮਾਲੇਵਾਲ ਜੀ ਦੇ ਬਾਰੇ ਦੱਸਿਆ ਹੈਗਾ, ਆਖਿਰਕਾਰ ਇਹ ਵਿਭਵ ਕੁਮਾਰ ਕੌਣ ਨੇ ਔਰ ਇਹਨਾਂ ਨੇ ਕਿਉਂ ਮਿਸਬਿਹੇਵ ਕੀਤਾ ਸਵਾਤੀ ਮਾਲੇਵਾਲ ਜੀ ਨਾਲ ਔਰ ਉੱਥੇ ਕਿੱਦਾਂ ਮੌਜੂਦ ਸੀਗੇ? ਵਿਭਵ ਕੁਮਾਰ ਜਿਹੜੇ ਹੈਗੇ ਨੇ ਇਹ ਹੈਗੇ ਆ ਬਹੁਤ ਕਰੀਬੀ ਹੈਗੇ ਨੇ ਇਹ ਅਰਵਿੰਦ ਕੇਜਰੀਵਾਲ ਸਾਹਿਬ ਦੇ ਔਰ ਬੜੇ ਪੁਰਾਣੇ ਸਮੇਂ ਤੋਂ ਵਿਭਵ ਕੁਮਾਰ ਅਰਵਿੰਦ ਕੇਜਰੀਵਾਲ ਸਾਹਿਬ ਦੇ ਨਾਲ ਜੁੜੇ ਹੋਏ ਨੇ। ਉਹਨਾਂ ਦੇ ਇਸ ਵੇਲੇ ਪਰਸਨਲ ਅਸਿਸਟੈਂਟ ਵੀ ਹੈਗੇ ਨੇ। ਜਦੋਂ ਅਰਵਿੰਦ ਕੇਜਰੀਵਾਲ ਸਾਹਿਬ ਹੁਣੇ ਜੇਲ੍ਹ ਦੇ ਵਿੱਚ ਗਏ ਸੀਗੇ ਅਤੇ ਜਿਹੜੇ 6 ਜਣਿਆਂ ਦੀ ਲਿਸਟ ਦਿੱਤੀ ਗਈ ਸੀ ਅਰਵਿੰਦ ਕੇਜਰੀਵਾਲ ਸਾਹਿਬ ਦੇ ਨਾਲ ਕਿ ਇਹ 6 ਜਣਿਆਂ ਦੇ ਨਾਲ ਉਹ ਮੁਲਾਕਾਤ ਕਰਨਾ ਚਾਹੁੰਦੇ ਨੇ, ਉਹਦੇ ਵਿੱਚ ਵਿਭਵ ਕੁਮਾਰ ਦਾ ਨਾਮ ਮੌਜੂਦ ਸੀਗਾ ਔਰ ਵਿਭਵ ਕੁਮਾਰ ਚਾਹੇ ਅਰਵਿੰਦ ਕੇਜਰੀਵਾਲ ਸਾਹਿਬ ਦੀ ਦਵਾਈ ਖਾਣ ਤੋਂ ਲੈ ਕੇ ਦਿਨ ਦੇ ਵਿੱਚ ਸਕੈਜੂਲ ਕੀ ਹੈ, ਹਰ ਚੀਜ਼ ਵਿਭਵ ਕੁਮਾਰ ਜੀ ਦੇ ਨਾਲ ਗੁਜ਼ਰਦੀ ਹੈਗੀ ਹੈ। ਸੋ ਵਿਭਵ ਕੁਮਾਰ ਜੀ ਅਰਵਿੰਦ ਕੇਜਰੀਵਾਲ ਦੇ ਬਹੁਤ ਜ਼ਿਆਦਾ ਕਰੀਬੀ ਨੇ।
ਹੁਣ ਸੰਜੇ ਸਿੰਘ ਜੀ ਨੇ ਜਦੋਂ ਇਹ ਸਵਾਤੀ ਮਾਲੀਵਾਲ ਜੀ ਦੇ ਨਾਲ ਅਲੈਜਡ ਇੰਸੀਡੈਂਟ, ਹਜੇ ਅਸੀਂ ਅਲੈਜਡ ਕਹਾਂਗੇ ਕਿਉਂਕਿ ਇੰਸੀਡੈਂਟ ਹੋਇਆ ਤਾਂ ਲੱਗ ਰਿਹਾ ਪਰ ਅਸੀਂ ਅਲੈਜਡ ਕਹਾਂਗੇ ਫਿਰ ਵੀ, ਜਦੋਂ ਅਲੈਜਡ ਇੰਸੀਡੈਂਟ ਹੋਇਆ ਉਸ ਸਮੇਂ ਪੁਲਿਸ ਨੂੰ ਵੀ ਕਾਲਸ ਗਈਆਂ ਨੇ, ਔਰ ਅਗਲੇ ਦਿਨ ਸੰਜੇ ਸਿੰਘ ਜੀ ਨੇ ਵੀ ਕਨਫਰਮ ਕਰ ਦਿੱਤਾ ਅਗਲੇ ਦਿਨ ਪ੍ਰੈਸ ਕਾਨਫਰੰਸ ਕਰਕੇ। ਸੰਜੇ ਸਿੰਘ ਨੇ ਜੋ ਸੰਜੇ ਸਿੰਘ ਜੀ ਨੇ ਕਿਹਾ ਪਹਿਲਾਂ ਹੋਬੂ ਉਹ ਸੁਣ ਲਓ। ਸੰਜੇ ਸਿੰਘ ਜੀ ਨੇ ਕਿਹਾ ਕਿ ਜੀ ਸਵਾਤੀ ਮਾਲੀਵਾਲ ਜੀ ਕੱਲ੍ਹ ਅਰਵਿੰਦ ਕੇਜਰੀਵਾਲ ਜੀ ਨੂੰ ਮਿਲਣ ਉਹਦੇ ਘਰ ਗਏ, ਉਹ ਡਰਾਇੰਗ ਰੂਮ 'ਚ ਵੇਟ ਕਰ ਰਹੇ ਸੀਗੇ। ਸੰਜੇ ਸਿੰਘ ਜੀ ਨੇ ਕਿਹਾ ਕਿ ਵਿਭਵ ਕੁਮਾਰ ਜੀ ਆਏ, ਉਹਨਾਂ ਨੇ ਮਿਸਬਿਹੇਵ ਕੀਤਾ, ਅਭਦਰ ਵਿਵਹਾਰ ਕੀਤਾ, ਇਹ ਹਾਈਲੀ ਕੰਡੈਮੇਬਲ ਹੈ, ਮਤਲਬ ਉਹਨਾਂ ਨੇ ਇਹਨੂੰ ਕੰਡੈਮ ਕਰ ਦਿੱਤਾ, ਇੰਸੀਡੈਂਟ ਗਲਤ ਹੈ। ਔਰ ਅਰਵਿੰਦ ਕੇਜਰੀਵਾਲ ਹੈਜ਼ ਟੇਕਨ ਕੋਗਨਿਸੈਂਸ, ਮਤਲਬ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਵੀ ਪਤਾ ਹੈ, ਉਹ ਦੇਖ ਰਹੇ ਆ, ਔਰ ਬੜਾ ਸਟ੍ਰਿਕਟ ਐਕਸ਼ਨ ਜਿਹੜਾ ਹੈ ਉਹ ਲਿਆ ਜਾਏਗਾ। ਔਰ ਇਸ ਸਵਾਤੀ ਮਾਲੀਵਾਲ ਜੀ ਦੇ ਬਾਰੇ ਸੰਜੇ ਸਿੰਘ ਨੇ ਕਿਹਾ ਕਿ ਸਵਾਤੀ ਮਾਲੀਵਾਲ ਜੀ ਨੇ ਦੇਸ਼ ਲਈ, ਸਾਡੀ ਕਮਿਊਨਿਟੀ ਲਈ ਬਹੁਤ ਵਧੀਆ ਕੰਮ ਕੀਤਾ, ਪਾਰਟੀ ਦੇ ਬੜੇ ਸੀਨੀਅਰ ਲੀਡਰ ਹੈਗੇ ਨੇ, ਅਸੀਂ ਉਹਨਾਂ ਦੇ ਬਿਲਕੁਲ ਨਾਲ ਹੈਗੇ ਹਾਂ, ਆਮ ਆਦਮੀ ਪਾਰਟੀ ਜਿਹੜੀ ਆ ਜਿਹੜੀ ਮਹਿਲਾਵਾਂ ਦੀ ਇਨਸਲਟ ਹੈ ਉਹਨੂੰ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ, ਔਰ ਇਹ ਸਾਰਾ ਇੰਸੀਡੈਂਟ ਅਰਵਿੰਦ ਕੇਜਰੀਵਾਲ ਸਾਹਿਬ ਦੁਆਰਾ ਬੜਾ ਸੀਰੀਅਸਲੀ ਲਿਆ ਜਾ ਰਿਹਾ। ਠੀਕ ਹੈ, ਇਹ ਸੰਜੇ ਸਿੰਘ ਹੋਣਾ ਦੀ ਸਟੇਟਮੈਂਟ ਆ ਗਈ। ਅੱਛਾ, ਸੰਜੇ ਸਿੰਘ ਹੋਣਾ ਨੇ ਜਦੋਂ ਇਹ ਪ੍ਰੈਸ ਕਾਨਫਰੰਸ ਕੀਤੀ ਉਸਦੇ ਥੋੜ੍ਹੀ ਦੇਰ ਬਾਅਦ ਅਸੀਂ ਦੱਸ ਦਈਏ ਕਿ ਬੀਜੇਪੀ ਦੀ ਵੀ ਸਟੇਟਮੈਂਟ ਆ ਗਈ। ਉਹਨਾਂ ਨੇ ਇੱਕ ਤਾਂ ਕਿਹਾ ਕਿ ਜੀ ਦਿੱਲੀ ਪੁਲਿਸ ਨੂੰ ਕਿਹਾ ਕਿ ਜਿਹੜਾ ਤੁਸੀਂ ਸੰਜੇ ਸਿੰਘ ਹੋਣਾ ਨੇ ਸਟੇਟਮੈਂਟ ਹੁਣ ਦੇ ਹੀ ਦਿੱਤੀ ਹੈ ਕਿ ਜੀ ਅਭਦਰ ਵਿਵਹਾਰ ਹੋਇਆ, ਤਾਂ ਤੁਸੀਂ ਫਿਰ ਐੱਫ ਆਈ ਆਰ ਲਿਖੋ ਵੀ ਜਿਹੜੇ ਵੀ ਰਿਸਪੋਂਸੀਬਲ ਹੈਗੇ ਨੇ ਇਹਦੇ ਬਾਰੇ ਐੱਫ ਆਈ ਆਰ ਲਿਖੀ ਜਾਵੇ। ਹੁਣ ਦਿੱਲੀ ਪੁਲਿਸ ਦਾ ਕੀ ਕਹਿਣਾ? ਦਿੱਲੀ ਪੁਲਿਸ ਕਹਿੰਦੀ ਹੈ ਕਿ ਜੀ ਸਾਨੂੰ ਫਾਰਮਲ ਕੰਪਲੇਂਟ ਤਾਂ ਸਵਾਤੀ ਮਾਲੀਵਾਲ ਜੀ ਨੇ ਕੋਈ ਕੀਤੀ ਨਹੀਂ ਹੈਗੀ। ਸੋ ਉਹਨਾਂ ਨੇ ਕਿਹਾ ਕਿ ਸਵਾਤੀ ਮਾਲੀਵਾਲ ਜੀ ਨੇ ਜਦੋਂ ਇੰਸੀਡੈਂਟ ਵਾਲੇ ਦਿਨ ਉਹਨਾਂ ਨੇ ਪੁਲਿਸ ਸਟੇਸ਼ਨ ਆਏ ਜ਼ਰੂਰ ਸੀਗੇ, ਠੀਕ ਹੈ, ਔਰ ਉਹਨਾਂ ਨੇ ਕਿਹਾ ਵੀ ਸੀਗਾ ਕਿ ਉਹ ਕੇਸ ਫਾਈਲ ਕਰਨਾ ਚਾਹੁੰਦੇ ਨੇ। ਸੋ ਦਿੱਲੀ ਪੁਲਿਸ ਨੇ ਕਨਫਰਮ ਕਰਤਾ ਕਿ ਸਵਾਤੀ ਮਾਲੀਵਾਲ ਜੀ ਕੇਸ ਕਰਨਾ ਚਾਹੁੰਦੇ ਸੀ, ਪੁਲਿਸ ਸਟੇਸ਼ਨ ਵੀ ਗਏ, ਲੇਕਿਨ ਉਹ ਕਹਿੰਦੇ ਫਿਰ ਉਹ ਵਾਪਸ ਨਹੀਂ ਆਏ, ਆਏ ਸੀਗੇ ਫਿਰ ਚਲੇ ਗਏ, ਵਾਪਸ ਨਹੀਂ ਆਏ। ਹੁਣ ਸਵਾਤੀ ਮਾਲੀਵਾਲ ਜੀ ਜਿਹੜੇ ਖੁਦ ਫਾਰਮਰ ਚੀਫ ਹੈਗੇ ਨੇ ਦਿੱਲੀ ਕਮਿਸ਼ਨ ਫਾਰ ਵੂਮਨ DCW ਦੇ ਖੁਦ ਨੇ, ਔਰ ਉਹਨਾਂ ਨੇ ਉੱਥੇ ਜਿਹੜਾ ਥਾਣਾ ਹੈ ਉਹ ਥਾਣਾ ਤੁਹਾਨੂੰ ਦੱਸ ਦਿੰਦੇ ਕਿ ਕਿਹੜੇ ਪੁਲਿਸ ਸਟੇਸ਼ਨ ਗਏ ਸੀ, ਜਿਹੜਾ ਸਿਵਲ ਲਾਈਨਸ ਦਾ ਪੁਲਿਸ ਸਟੇਸ਼ਨ ਹੈ, ਸਿਵਲ ਲਾਈਨਸ ਦੇ ਪੁਲਿਸ ਸਟੇਸ਼ਨ ਵੀ ਗਏ। ਠੀਕ ਹੈ, ਅੱਛਾ, ਹੁਣ ਇਸ ਮਾਮਲੇ ਦੇ ਉੱਤੇ ਜਿਹੜੀ ਰੇਖਾ ਸ਼ਰਮਾ ਹੈਗੇ ਨੇ ਉਹ ਇਸ ਵੇਲੇ ਕਰੰਟ ਹੈਗੇ ਨੇ ਚੀਫ ਨੈਸ਼ਨਲ ਕਮਿਸ਼ਨ ਆਫ ਵੂਮਨ ਦੇ। ਸੋ ਰੇਖਾ ਸ਼ਰਮਾ ਜਿਹੜੇ ਕਿ NCW ਦੇ ਚੀਫ ਨੇ, ਜਿਹੜੀ ਪੁਜ਼ੀਸ਼ਨ ਦੇ ਪਹਿਲਾਂ ਇਹ ਵੀ ਰਹਿ ਚੁੱਕੇ ਨੇ, ਉਹਨਾਂ ਨੇ ਕਿਹਾ ਕਿ ਜੀ ਉਹ ਆਈ ਐਮ ਵਰਿਡ ਅਬਾਊਟ ਦ ਸੇਫਟੀ ਆਫ ਸਵਾਤੀ, ਠੀਕ ਹੈ, ਤਾਂ ਉਹ ਕਹਿੰਦੇ ਜੀ ਇਹਦੀ ਸੇਫਟੀ ਬਾਰੇ ਆ। ਹੁਣ ਇੱਕ ਔਰਤ ਜਿਹਨੇ ਕਿ ਆਵਾਜ਼ ਉਠਾਈ ਹੈ ਉਹ ਕਿਹੜੇ ਪ੍ਰੈਸ਼ਰ ਦੇ ਵਿੱਚ ਹੈ ਕਿ ਉਹ ਪੁਲਿਸ ਕੋਲ ਕਿਉਂ ਨਹੀਂ ਕੰਪਲੇਂਟ ਕਰ ਰਹੀ? ਸਵਾਤੀ ਮਾਲੀਵਾਲ 'ਤੇ ਪ੍ਰੈਸ਼ਰ ਕਿਹੜਾ ਹੈ ਕਿ ਉਹ ਪੁਲਿਸ ਦੇ ਕੋਲ ਨਹੀਂ ਕੰਪਲੇਂਟ ਕਰ ਰਹੀ? ਇਹ ਮਾਮਲਾ ਕੀ ਹੈਗਾ, ਅੰਦਰ ਕੀ ਖਿਚੜੀ ਪੱਕ ਰਹੀ ਹੈ? ਸੋ ਇਹਦੇ 'ਤੇ ਹਰ ਕੋਈ ਇਸ ਵੇਲੇ ਜਿਹੜਾ ਸਵਾਲ ਖੜਾ ਕਰ ਰਿਹਾ। ਸਵਾਤੀ ਮਾਲੀਵਾਲ ਜੀ ਦੇ ਜਿਹੜੇ ਐਕਸ ਹਸਬੈਂਡ ਨੇ ਨਵੀਨ ਜਿੰਦਲ ਸਾਹਿਬ, ਉਹ ਤਾਂ ਕਹਿੰਦੇ ਕਿ ਉਹਨਾਂ ਦੀ ਜ਼ਿੰਦਗੀ ਇਸ ਵੇਲੇ ਖਤਰੇ 'ਚ ਹੈਗੀ ਹੈ। ਉਹਨਾਂ ਨੇ ਇੱਕ ਵੀਡੀਓ ਵੀ ਜਾਰੀ ਕੀਤਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਉਹ ਨਵੀਨ ਜੈਹਨ ਸਾਰੇ ਜਾਣਦੇ ਆ, ਉਹਨਾਂ ਦੇ ਐਕਸ ਹਸਬੈਂਡ ਨੇ, ਹੁਣ ਤਾਂ ਇਹਨਾਂ ਦਾ ਡਾਇਵੋਰਸ ਹੋ ਚੁੱਕਾ। ਸੋ ਨਵੀਨ ਜੈਹਨ ਨੂੰ ਕਾਫੀ ਸਾਰੇ ਪੱਤਰਕਾਰ ਵੀ ਕਾਲ ਕਰ ਰਹੇ ਨੇ, ਉਹ ਕਹਿੰਦੇ ਆ ਕਿ ਜਿਹੜੀ ਸਵਾਤੀ ਮਾਲੀਵਾਲ ਹੈ ਇਹਦੀ ਜ਼ਿੰਦਗੀ ਖਤਰੇ 'ਚ ਹੈਗੀ ਆ। ਸੋ ਕੋਈ ਨਾ ਕੋਈ ਕਿਆ ਸਾਜਿਸ਼ ਹੋ ਰਹੀ ਹੈ ਉਹਨਾਂ ਦੇ ਖਿਲਾਫ਼, ਕਿਆ ਵਾਕਈ ਸਵਾਤੀ ਮਾਲੀਵਾਲ ਦੀ ਜ਼ਿੰਦਗੀ ਜਿਹੜੀ ਆ ਉਹ ਖਤਰੇ ਵਿੱਚ ਹੈਗੀ ਹੈ, ਇਹ ਸਵਾਲ ਜਿਹੜੇ ਨੇ ਉਹ ਪੁੱਛੇ ਜਾ ਰਹੇ ਨੇ। ਹੁਣ ਇਹਦੇ ਵਿੱਚ ਅਰਵਿੰਦ ਕੇਜਰੀਵਾਲ ਸਾਹਿਬ 'ਤੇ ਵੀ ਸਵਾਲ ਉੱਠ ਰਿਹਾ ਕਿ ਉਹਨਾਂ ਨੇ ਆ ਕੇ ਪਬਲਿਕਲੀ ਕੋਈ ਬਿਆਨ ਨਹੀਂ ਦਿੱਤਾ, ਐਡਾ ਵੱਡਾ ਇਸ਼ੂ ਹੋ ਗਿਆ, ਇੱਕ ਮਹਿਲਾ ਮੈਂਬਰ ਪਾਰਲੀਮੈਂਟ ਇੰਨੀ ਪਾਵਰਫੁੱਲ ਇੰਨੀ ਨਾਲ ਰਹੀ ਆ, ਰਾਜ ਸਭਾ ਦੀ MP ਹੈ, ਉਹਨਾਂ ਦੇ ਨਾਲ ਅਭਦਰ ਵਿਵਹਾਰ ਹੋ ਗਿਆ। ਹੁਣ ਅਭਦਰ ਵਿਵਹਾਰ ਜਿਹੜਾ ਉਹ ਸੰਜੇ ਸਿੰਘ ਨੇ ਤਾਂ ਡਿਟੇਲ ਨਹੀਂ ਦੱਸੀ ਕਿ ਅਭਦਰ ਵਿਵਹਾਰ ਹੋਇਆ ਕੀ ਹੈ, ਕੀ ਉਹਨਾਂ ਨੂੰ ਅਸੋਲਟ ਕੀਤਾ ਗਿਆ ਜਾਂ ਹੋਇਆ ਕੀ ਹੈ, ਉਹ ਨਹੀਂ ਉਹਨਾਂ ਨੇ ਦੱਸਿਆ। ਸੋ ਇਸੇ ਕਾਰਨ BJP ਦੇ ਜਿਹੜੇ ਲੀਡਰ ਨੇ ਸ਼ਾਜ਼ੀਆ ਇਲਮੀ, BJP ਲੀਡਰ ਸ਼ਾਜ਼ੀਆ ਇਲਮੀ ਵੀ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਇੰਨੇ ਸੀਰੀਅਸ ਇਸ਼ੂ ਦੇ ਉੱਤੇ ਚੁੱਪ ਕਿਉਂ ਹੈ, ਜੇ ਐਲੀਗੇਸ਼ਨ ਲੱਗੀਆਂ ਨੇ ਤਾਂ ਜੇ ਸੱਚਾਈ ਕੀ ਹੈ, ਹੋਇਆ ਕੀ ਅੰਦਰ? ਉਹ ਕਹਿੰਦੇ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਆਪ ਆ ਕੇ ਲੋਕਾਂ ਨੂੰ ਇਹਦੇ ਬਾਰੇ ਸੱਚ ਦੱਸ ਜਿਹੜਾ ਉਹ ਦੱਸਣਾ ਚਾਹੀਦਾ ਹੈ। ਅੱਛਾ, ਹੁਣ ਇਸ ਮਾਮਲੇ ਦੇ ਵਿੱਚ
ਹੋਰ ਕੁਝ ਚੀਜ਼ਾਂ ਜੋ ਸਾਹਮਣੇ ਆਈਆਂ ਉਹ ਵੀ ਤੁਹਾਨੂੰ ਦੱਸ ਦਿੰਦੇ ਹਾਂ। ਸਵਾਤੀ ਮਾਲੀਵਾਲ ਹੁਣਾਂ ਦਾ ਨਾਮ ਜਿਹੜਾ ਹੈਗਾ ਉਹ ਸਟਾਰ ਕੈਂਪੇਨਰ ਦੀ ਜਿਹੜੀ ਲਿਸਟ ਸੀਗੀ, ਸਟਾਰ ਪ੍ਰਚਾਰਕ ਦੀ ਜਿਹੜੀ ਲਿਸਟ ਸੀਗੀ ਉਹਦੇ ਵਿੱਚ ਨਹੀਂ ਸ਼ਾਮਿਲ ਕੀਤਾ ਗਿਆ। ਕਿਆ ਇਹਦੇ ਵਿੱਚ ਸੁਨੀਤਾ ਕੇਜਰੀਵਾਲ ਜੀ ਨੇ ਖੁਦ ਨਹੀਂ ਸੀ ਚਾਹੁੰਦੇ, ਕਿਉਂਕਿ ਸੁਨੀਤਾ ਕੇਜਰੀਵਾਲ ਜੀ ਦਾ ਨਾਮ ਸੀਗਾ, ਹੋਰ ਬਾਕੀਆਂ ਭਗਵੰਤ ਮਾਨ ਸਾਹਿਬ ਸਭ ਦੇ ਕਈਆਂ ਦੇ ਹੋਰ ਨਾਮ ਸੀਗੇ। ਸੋ ਜਿਹੜੀ ਇਲੈਕਸ਼ਨ ਦੇ ਵਿੱਚ ਸਟਾਰ ਕੈਂਪੇਨਰ ਉਹਦੇ ਵਿੱਚ ਸਵਾਤੀ ਮਾਲੀਵਾਲ ਜੀ ਦਾ ਨਾਮ ਕਿਆ ਸੁਨੀਤਾ ਕੇਜਰੀਵਾਲ ਜੀ ਨੇ ਹਟਾਇਆ, ਐਸੀ ਵੀ ਗੱਲ ਜਿਹੜੀ ਆ ਉਹ ਕਹੀ ਜਾ ਰਹੀ ਹੈ। ਇਸ ਤੋਂ ਇਲਾਵਾ US ਦੇ ਵਿੱਚ ਗਏ ਸੀਗੇ ਰੀਸੈਂਟਲੀ ਸਵਾਤੀ ਮਾਲੀਵਾਲ ਜੀ, ਕੀ ਸਵਾਤੀ ਮਾਲੀਵਾਲ ਜੀ ਜਿਹੜੇ ਆ ਉਹ ਪਾਰਟੀ ਨੇ ਉਹਨਾਂ ਨੂੰ ਹਾਮੀ ਭਰੀ ਸੀ ਕਿ ਨਹੀਂ ਭਰੀ ਸੀਗੀ। ਹੁਣ ਇੱਕ ਥਿਊਰੀ ਇਹ ਵੀ ਆ ਰਹੀ ਹੈ ਕਿ ਸਵਾਤੀ ਮਾਲੀਵਾਲ ਜੀ ਜਿਹੜੇ ਇਸ ਵੇਲੇ ਰਾਜ ਸਭਾ ਦੇ ਮੈਂਬਰ ਨੇ, ਸੋ ਕਿਆ ਉਹਨਾਂ ਨੂੰ ਸੀਟ ਖਾਲੀ ਕਰਨ ਦੀ ਗੱਲ ਕੀਤੀ ਜਾ ਰਹੀ ਹੈ, ਕਿਆ ਉਹਨਾਂ ਦੀ ਜਗ੍ਹਾ ਜੋ ਖਬਰ ਆ ਰਹੀ ਹੈ ਕਿ ਕਿਆ ਉਹਨਾਂ ਦੀ ਜਗ੍ਹਾ ਅਭਿਸ਼ੇਕ ਮਨੂ ਸਿੰਘਵੀ ਜੀ, ਜੋ ਕਿ ਅਭਿਸ਼ੇਕ ਮਨੂ ਸਿੰਘਵੀ ਸਾਹਿਬ ਲੋਇਰ ਨੇ ਆਮ ਆਦਮੀ ਪਾਰਟੀ ਦੇ, ਕਿਆ ਉਹਨਾਂ ਨੂੰ ਐਕੋਮੋਡੇਟ ਕਰਨ ਦੀ ਗੱਲ ਹੋ ਰਹੀ ਹੈ, ਕੀ ਇਸ ਕਾਰਨ ਲੜਾਈ ਹੋਈ। ਆਮ ਆਦਮੀ ਪਾਰਟੀ ਲੀਡਰ ਸੰਜੇ ਸਿੰਘ ਨੂੰ ਅਚਾਨਕ ਮੁੰਬਈ ਤੋਂ ਦਿੱਲੀ ਬੁਲਾਇਆ ਗਿਆ ਕਿ ਮਾਮਲੇ ਨੂੰ ਆ ਕੇ ਸੁਲਝਾਓ, ਪ੍ਰੈਸ ਕਾਨਫਰੰਸ ਕਰੋ, ਔਰ ਸੰਜੇ ਸਿੰਘ ਜੀ ਨੂੰ ਸਵਾਤੀ ਮਾਲੀਵਾਲ ਜੀ ਦੇ ਘਰ ਵੀ ਭੇਜਿਆ ਗਿਆ ਕਿ ਉੱਥੇ ਜਾ ਕੇ ਤੁਸੀਂ ਇਸ ਮਾਮਲੇ ਨੂੰ ਜਿਹੜਾ ਉਹ ਸੁਲਝਾਓ, ਤਾਂ ਕਿ ਸੰਜੇ ਸਿੰਘ ਜਿਹੜੇ ਨੇ ਉਹ ਤੁਹਾਨੂੰ ਪਤਾ ਹੈ ਕਿ ਸਮਝਦਾਰ ਨੇ, ਸੀਨੀਅਰ ਲੀਡਰ ਨੇ, ਸੋ ਕੀ ਉਹ ਇਸ ਮਾਮਲੇ ਨੂੰ ਸੁਲਝਾਉਣ ਵਾਸਤੇ ਸੰਜੇ ਸਿੰਘ ਉਹਨਾਂ ਨੂੰ ਉਹਨਾਂ ਦੇ ਘਰ ਭੇਜਿਆ ਗਿਆ ਕਿ ਕੋਈ ਨਾ ਕੋਈ ਗੱਲ ਕਰੋ। ਬਹੁਤ ਸਾਰੇ ਪੱਤਰਕਾਰ ਜਾ ਰਹੇ ਨੇ ਕਿ ਸਵਾਤੀ ਮਾਲੀਵਾਲ ਜੀ ਕੋਈ ਬਿਆਨ ਦੇਣ, ਪਰ ਉਹ ਬਿਆਨ ਨਹੀਂ ਦੇ ਰਹੇ। ਉਹਨਾਂ ਦੇ ਮਦਰ ਤੋਂ ਵੀ ਬਿਆਨ ਲੈਣ ਦੀ ਕੋਸ਼ਿਸ਼ ਕੀਤੀ ਗਈ ਹੈ, ਉਹ ਵੀ ਉਹਨਾਂ ਦੇ ਮਦਰ ਵੀ ਕੁਛ ਨਹੀਂ ਦੱਸ ਰਹੇ। ਸਵਾਤੀ ਮਾਲੀਵਾਲ ਜੀ ਐਗਜੈਕਟਲੀ ਹੈ ਕਿੱਥੇ ਆ, ਇਹਦੇ ਬਾਰੇ ਵੀ ਕਿਸੇ ਨੂੰ ਕੋਈ ਜ਼ਿਆਦਾ ਡਿਟੇਲ ਦੇ ਵਿੱਚ ਐਗਜੈਕਟ ਇਨਫੋਰਮੇਸ਼ਨ ਜਿਹੜੀ ਹੈ ਉਹ ਨਹੀਂ ਹੈ। ਇਸ ਕਾਰਨ ਇਹ ਜਿਹੜਾ ਸਸਪੈਂਸ ਜਿਹੜਾ ਉਹ ਕਾਫੀ ਜ਼ਿਆਦਾ ਇਸ ਵੇਲੇ ਬਣਿਆ ਹੋਇਆ। ਸੋ ਇਹ ਇਹ ਹੁਣ ਸਾਰਾ ਮਾਮਲਾ ਅਸੀਂ ਤੁਹਾਡੇ ਲਈ ਸ਼ੇਅਰ ਕੀਤਾ, ਇਹਦੇ 'ਤੇ ਕੁਛ ਹੋਰ ਡਿਵੈਲਪਮੈਂਟ ਜਿੱਦਾਂ ਜਿੱਦਾਂ ਹੋਣਗੀਆਂ ਅਸੀਂ ਵਾਈ ਮੀਡੀਆ ਦੇ ਉੱਤੇ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰਦੇ ਰਹਾਂਗੇ। ਦ ਬਿਗੇਸਟ ਸਾਊਥ ਏਸ਼ੀਅਨ ਮੀਡੀਆ ਗਰੁੱਪ ਵਾਈ ਮੀਡੀਆ।